ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਆਪ ਜੀ ਵੀਡੀਓ ਦੇਖੋ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤਾਂ ਤੁਹਾਨੂੰ ਤਾਤੂ ਉਹ ਮੂਲ ਸ਼ਬਦ ਹੁੰਦੇ ਹਨ ਜਿਨ੍ਹਾਂ ਤੋਂ ਅੱਗੇ ਹੋਰ ਸ਼ਬਦ ਅਰਥਾਤ ਕਿਰਿਆਵਾਂ ਬਣਦੀਆਂ ਹਨ ਜਿਵੇਂ ਪੜ ਲਿਖ ਸੋਣ ਗਿਣ ਗਾ ਖੇਡ ਆਦਿ ਤਾਤੂਆਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਨੰਬਰ 1 ਮੂਲ ਤਾਤੂ ਨੰਬਰ 2 ਰਚਿਤ ਤਾਤੂ ਮੂਲ ਤਾਤੂ ਇਹ ਤਾਤੂ ਆਪਣੇ ਆਪ ਵਿੱਚ ਪੂਰਨ ਹੁੰਦੇ ਹਨ ਇਹ ਕਿਸੇ ਹੋਰ ਸ਼ਬਦ ਦੀ ਸਹਾਇਤਾ ਨਾਲ ਨਹੀਂ ਬਣਦੇ ਜਿਵੇਂ ਸੋਣ ਖੇਡ ਦੇਖ ਆਦਿ ਇਹ ਤਾਤੂ ਮੂਲ ਤਾਤੂ ਤੋਂ ਬਣਦੇ ਹਨ ਅਤੇ ਕਿਰਿਆ ਦਾ ਕੰਮ ਦਿੰਦੇ ਹਨ ਜਿਵੇਂ ਸੁਨਾ ਖਿੜਾ ਖਵਾ ਦਿਖਾ ਆਦਿ ਰਚੀ ਤਾਤੂ ਚਾਰ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਨਕਲੀ ਤਾਤੂ ਨੰਬਰ 2 ਸੰਯੁਕਤ ਤਾਤੂ ਨੰਬਰ 3 ਪ੍ਰੇਨਾ ਅਤਕ ਤਾਤੂ ਨੰਬਰ 4 ਕਰਮਵਾਚ ਤਾਤੂ ਨਕਲੀ ਤਾਤੂ ਉਹ ਤਾਤੂ ਜੋ ਹੋਰ ਤਾਤੂਆਂ ਤੋਂ ਨਾ ਬਣਿਆ ਹੋਵੇ ਸਗੋਂ ਕਿਸੇ ਨਾਮ ਵਿਸ਼ੇਸ਼ਣ ਜਾਂ ક્રિયા ਦੇ ਸ਼ਬਦ ਪ੍ਰੇਤੋਂ ਬਣਿਆ ਹੋਵੇ ਉਸ ਨੂੰ ਨਕਲੀ ਤਾਤੂ ਕਹਿੰਦੇ ਹਨ ਜਿਵੇਂ ਦੁਖਾ ਸ਼ਰਮਾ ਨੀਵਾ ਆਦ ਸੰਯੁਕਤ ਤਾਤੂ ਜਿਹੜਾ ਤਾਤੂ ਦੋ ਜਾਂ ਇਸ ਤੋਂ ਵੱਧ ਤਾਤੂਆਂ ਦੇ ਮੇਲ ਨਾਲ ਬਣਿਆ ਹੋਵੇ ਉਸ ਨੂੰ ਸੰਯੁਕਤ ਤਾਤੂ ਕਹਿੰਦੇ ਹਨ ਜਿਵੇਂ ਖੇੜਿਆ ਕਰ ਪੜਿਆ ਕਰ ਲਿਖਿਆ ਕਰ ਆਦ ਪ੍ਰੇਨਾਰਥਕ ਤਾਤੂ ਜਿਸ ਵੇਲੇ ਵਾਕ ਦੀ ਕਿਰਿਆ ਦਾ ਕਰਤਾ ਆਪ ਕੰਮ ਨਾ ਕਰੇ ਬਲਕਿ ਹੋਰ ਤੋਂ ਪ੍ਰੇਰਕ ਕੇ ਕਰਵਾਵੇ ਉਸ ਨੂੰ ਪ੍ਰੇਰਨार्थक ਤਾਤੂ ਆਖਿਆ ਜਾਂਦਾ ਹੈ ਜਿਵੇਂ ਖੇੜ ਤੋਂ ਕਿਡਾ ਸੁਣ ਤੋਂ ਸੁਨਾ ਪੜ ਤੋਂ ਪੜਾ ਆਦ ਕਰਮਵਾਚ ਤਾਤੂ ਜਿਸ ਵੇਲੇ ਵਾਕ ਦਾ ਵਿਸ਼ਾ ਕਿਰਿਆ ਦਾ ਕਰਮ ਹੋਵੇ ਤਾਂ ਉਸ ਵਾਕ ਦੀ ਕਿਰਿਆ ਤੋਂ ਉਸਦੇ ਤਾਤੂ ਨੂੰ ਕਰਮਵਾਚ ਤਾਤੂ ਆਖਿਆ ਜਾਂਦਾ ਹੈ ਧੰਨਵਾਦ